ਪਰਸੋਂ 10 ਜੂਨ 2019 ਦੇ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਸਨੇ ਧਮਕੀ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵੇਚਣ ਦਾ ਮੁਕੱਦਮਾ ਦਾਇਰ ਕਰੇਗਾ। ਉਸਦਾ ਦਾਅਵਾ ਸੀਗਾ ਕਿ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਖਤ ਸਨ ਅਤੇ ਜਿਸ ਨੂੰ ਕਿ ਗਿਆਨੀ ਹਰਦਾਸ ਸਿੰਘ ਨੇ ਲਿਖਿਆ ਸੀ, ਬਿਲਕੁਲ ਗਲਤ ਗੱਲ ਹੈ, ਗਿਆਨੀ ਹਰਦਾਸ ਸਿੰਘ ਨੇ ਕੋਈ ਲਿਖਿਆ, ਖੈਰ ਮੇਰਾ ਨੁਕਤਾ ਨਹੀਂ ਵੀ ਉਹ 4,000 ਪਾਉਂਡ ਵਿੱਚ ਕਿਸੇ ਨੇ ਵੇਚ ਦਿੱਤੀ। ਇਹ ਚਰਨਜੀਤ ਸਿੰਘ ਅਰੋੜਾ ਨੇ ਸਪੋਕਸਮੈਨ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਤੋਂ ਇੱਕ ਟੇਬਲ ਨਿਊਜ਼ ਲਾਈ ਸੀ ਜਿਹਦੇ 'ਚ ਕੋਈ ਸਿਰ ਪੈਰ ਨਹੀਂ ਸੀ ਵੀ ਕਿੰਨੇ ਵੇਚੀ ਕਦੋਂ ਵੇਚੀ, ਪਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਵੀ ਇਹ ਹੋਰ ਵੀ ਬੜਾ ਕੁਛ ਸਮਾਨ ਵੇਚਿਆ ਗਿਆ, ਕੋਈ ਇੰਗਲੈਂਡ ਵੇਚਿਆ, ਕੋਈ ਕਿਤੇ ਵੇਚਿਆ, ਇੱਕ ਉਹਨੇ ਬਿਆਨ ਦਿੱਤਾ ਬਾਜ਼ਾਰਾਂ ਵਿੱਚ ਵੀ ਕੰਡਿਆ, ਇਹੋ ਜਿਹਾ ਝੂਠ ਜਿਹੜਾ ਉਹਨੇ ਕਿਹਾ ਵੀ ਮੈਂ ਮੁਕੱਦਮਾ ਕਰਾਂਗਾ। ਉਹਦੇ 'ਚ ਉਹਨੇ ਹੋਰ ਵੀ ਕਿਹਾ ਵੀ ਕਈਆਂ 'ਤੇ ਮੁਕੱਦਮਾ ਕਰੇਗਾ, ਉਹਦੇ ਨਾਲ ਸੀ ਵੀ ਹਰਜਿੰਦਰ ਸਿੰਘ ਦਿਲਗੀਰ 'ਤੇ ਵੀ ਕਰਾਂਗਾ। ਹਰਜਿੰਦਰ ਸਿੰਘ ਦਿਲਗੀਰ ਡਾਇਰੈਕਟਰ ਹੈ ਸਿੱਖ ਹਿਸਟਰੀ ਰਿਸਰਚ ਬੋਰਡ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ। ਮੈਨੂੰ ਆਸਾ ਆ ਵੀ ਇਹ ਕਿੱਦਾਂ ਯਬਲੀਆਂ ਮਾਰ ਰਿਹਾ, ਇਸ ਬੰਦੇ ਨੂੰ ਇਹ ਵੀ ਨਹੀਂ ਪਤਾ ਵੀ ਕੇਸ ਕਿਸ 'ਤੇ ਕਰਨਾ ਹੈ ਅਤੇ ਕਿਸ ਚੀਜ਼ ਦਾ ਕਰਨਾ, ਨਾ ਉਹਦੇ ਕੋਲ ਕੋਈ ਐਵੀਡੈਂਸ ਹੈ ਵੀ ਕੀ ਚੀਜ਼ ਆਈ ਹੈ, ਨਾ ਹੀ ਉਹਦੇ ਕੋਲ ਕੋਈ ਐਵੀਡੈਂਸ ਹੈ ਵੇਚਿਆ ਗਿਆ ਹੈ, ਨਾ ਉਹਨੂੰ ਪਤਾ ਵੀ ਉੱਥੇ ਕੀ ਪਿਆ ਹੈ, ਉਹ ਨਾ ਉੱਥੇ ਕਦੇ ਗਿਆ ਅਤੇ ਨਾ ਵੜਿਆ। ਪਰ ਮੈਂ ਉਸਦੀ ਇਸ ਗੱਲ ਦਾ ਜਵਾਬ ਦੇਣਾ ਚਾਹਾਂਗਾ ਕਿ ਮੈਂ ਜੂਨ ਅੱਧ ਤੋਂ ਬਾਅਦ ਸਿੱਖ ਹਿਸਟਰੀ ਰਿਸਰਚ ਬੋਰਡ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਡਾਇਰੈਕਟਰ ਬਣਿਆ ਸੀਗਾ ਅਤੇ ਮਾਰਚ ਦੇ ਸ਼ੁਰੂ 'ਚ ਮੈਂ ਅਸਤੀਫਾ ਦੇ ਦਿੱਤਾ ਸੀਗਾ ਇਸ ਅਹੁਦੇ ਤੋਂ। ਉਸ ਵੇਲੇ ਗੁਰਚਰਨ ਸਿੰਘ ਟੋਹੜਾ ਪ੍ਰਧਾਨ ਸੀ, ਜਦੋਂ ਗੁਰਚਰਨ ਸਿੰਘ ਟੋਹੜਾ ਨੂੰ ਦਸੰਬਰ 'ਚ 98 'ਚ ਯਾਨੀ ਮੇਰੇ ਆਉਣ ਤੋਂ 5 ਮਹੀਨੇ ਬਾਅਦ ਹੀ ਹਟਾਉਣ ਦੀ ਜਿਹੜੀ ਬਾਦਲ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਉੱਥੇ ਕੋਈ ਐਕਟੀਵਿਟੀ ਨਹੀਂ ਹੋਈ। ਪਰ ਇੱਕ ਗੱਲ ਪੱਕੀ ਗੱਲ ਹੈ ਵੀ ਜਦ ਮੈਂ ਉੱਥੇ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਹਿਸਟਰੀ ਰੈਫਰੈਂਸ ਲਾਇਬ੍ਰੇਰੀ ਨੂੰ ਕੋਈ ਜਿਹੜਾ ਐਸਾ ਸਮਾਨ ਨਾ ਭਾਰਤੀ ਫੌਜ ਨੇ ਦਿੱਤਾ ਨਾ SGPC ਵੱਲੋਂ ਆਇਆ। ਹਾਂ, ਜਿੱਥੋਂ ਤੱਕ ਸਮਾਨ ਦੇਣ ਦੀ ਗੱਲ ਹੈ 1985-86 'ਚ ਕੋਈ ਥੋੜ੍ਹਾ ਜਿਹਾ ਸਮਾਨ ਦਿੱਤਾ ਗਿਆ ਸੀ, ਉਸ ਤੋਂ ਬਾਅਦ 1999 ਤੱਕ ਤਾਂ ਘੱਟੋ ਘੱਟ ਕੋਈ ਨਹੀਂ ਸੀ, ਕਿਉਂਕਿ ਮੈਨੂੰ ਯਾਦ ਹੈ ਦਸੰਬਰ 'ਚ ਜਾਰਜ ਫਰਨਾਂਡਿਸ ਡਿਫੈਂਸ ਮਿਨਿਸਟਰ ਸੀਗਾ, ਉਹ ਦਰਬਾਰ ਸਾਹਿਬ ਆਇਆ ਅਤੇ ਮੈਂ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦਾ ਮੈਨੂੰ ਲਿਖ ਕੇ ਭੇਜ ਦੇ ਮੈਂ ਸਾਰਾ ਕਾਰਵਾਈ ਕਰਾਂਗਾ। ਮੈਂ ਉਸਨੂੰ ਚਿੱਠੀ 7 ਦਸੰਬਰ 1998 ਨੂੰ ਲਿਖੀ, ਜਿਸ ਦਾ ਉਸਨੇ ਮੈਨੂੰ 18 ਦਸੰਬਰ ਨੂੰ ਜਵਾਬ ਵੀ ਭੇਜਿਆ ਕਿ ਮੈਂ ਇਹਦੇ ਵਾਸਤੇ ਕਾਰਵਾਈ ਕਰ ਰਿਹਾ, ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਅਤੇ ਕਿਉਂਕਿ ਟੋਹੜੇ ਨੂੰ ਹਟਾਉਣ ਦਾ ਕਵਾਇਦ ਸ਼ੁਰੂ ਹੋ ਚੁੱਕਾ ਸੀ ਅਤੇ ਮੈਂ ਵੀ ਅਸਤੀਫਾ ਦਿੱਤਾ, ਯਾਨੀ ਕਿ ਮੇਰੇ ਹੁੰਦਿਆਂ ਕੋਈ ਕਿਤਾਬ ਉੱਥੇ ਜਾਂ ਕੋਈ ਸਮਾਨ ਜਿਹੜਾ ਰੈਫਰੈਂਸ ਲਾਇਬ੍ਰੇਰੀ ਨੂੰ ਨਹੀਂ ਆਇਆ। ਹੁਣ ਇਹ ਗੱਲ ਇਹ ਹੈ ਬਈ ਸਾਰਾ ਸਮਾਨ ਕਿੱਥੇ ਹੈ ਮੈਨੂੰ ਨਹੀਂ ਪਤਾ, ਪਰ ਮੇਰਾ ਅੰਦਾਜ਼ਾ ਵੀ ਇਹ ਸਰਕਾਰ ਕੋਲ ਹੀ ਹੈ, ਜਿਹੜਾ ਮਨਜੀਤ ਸਿੰਘ ਕਹਿ ਰਿਹਾ ਵੀ ਇੰਨਾ ਸਮਾਨ ਵਾਪਸ ਹੈ, ਹਜ਼ਾਰਾਂ ਕਿਤਾਬਾਂ ਜਾਂ ਹੋਰ ਦਸਤਾਵੇਜ਼ ਆਏ ਨੇ, ਮੈਨੂੰ ਲੱਗਦਾ ਇਹ ਝੂਠ ਹੈ। ਪਰ ਕੁਛ ਵੀ ਹੈ ਮੇਰੇ ਮੈਨੂੰ ਇਸ ਦੇ ਬਾਰੇ 'ਚ ਕੁਝ ਕਹਿਣਾ ਜਿਹੜਾ ਬੰਦਾ ਨਹੀਂ। ਫਿਰ ਮੈਨੂੰ ਲੱਗਦਾ ਮਨਜੀਤ ਸਿੰਘ ਜੀ ਕੇ ਦਾ ਦਿਮਾਗ ਨਹੀਂ ਹੈ, ਮੈਂ ਉਹਨੂੰ ਪੂਰਾ ਡਫਰ ਤਾਂ ਨਹੀਂ ਕਹਿੰਦਾ, ਪਰ ਬਿਨਾਂ ਸਬੂਤ ਤੋਂ ਤੁਸੀਂ ਕਿਸ ਦੇ ਖਿਲਾਫ਼ ਕੀ ਕੇਸ ਕਰਨ ਜਾ ਰਹੇ ਹੋ ਨਹੀਂ ਪਤਾ, ਉਹਨੂੰ ਇੰਨਾ ਵੀ ਨਹੀਂ ਪਤਾ ਵੀ ਜੇ ਹਰਜਿੰਦਰ ਸਿੰਘ ਦਿਲਗੀਰ ਨਾਂ ਲੈ ਰਿਹਾ ਉਹ 8.5 ਮਹੀਨੇ ਡਾਇਰੈਕਟਰ ਹੈ, ਔਰ ਉਸ ਪੀਰੀਅਡ ਜਦੋਂ ਕਿ ਉੱਥੇ ਕੋਈ ਐਸੀ ਤਰ੍ਹਾਂ ਦੀ ਚੀਜ਼ ਨਹੀਂ, ਜਿਹੜੀਆਂ ਤਾਰੀਖਾਂ ਉਹ ਕਿਹੜੇ ਸਮਾਨ ਆਉਂਦੀਆਂ, ਉਸ ਤੋਂ ਕਿਤੇ 10 ਸਾਲ ਪਹਿਲਾਂ ਦਾ ਮੈਂ ਉੱਥੋਂ ਆ ਚੁੱਕਾ ਹਾਂ। ਫਿਰ ਤੁਸੀਂ ਇਹ ਦੇਖੋ ਵੀ ਇਹਦੇ 'ਚ ਉਸਨੇ ਨਾਂ ਲਿਆ ਵੀ ਸਾਨੂੰ ਕਹਿੰਦੇ ਮੈਨੂੰ ਦਸਤਾਵੇਜ਼ ਅਨੁਰਾਗ ਸਿੰਘ ਨਾਂ ਦੇ ਇੱਕ ਬੰਦੇ ਨੇ ਦਿੱਤੇ। ਹੁਣ ਅਨੁਰਾਗ ਸਿੰਘ ਕੌਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਡਾਕਟਰ ਤਰੋਚ ਸਿੰਘ ਦਾ ਲੜਕਾ ਹੈ, ਇਹ ਬੈਂਕ 'ਚ ਕਿਤੇ ਅਸਿਸਟੈਂਟ ਮੈਨੇਜਰ ਕੁਛ ਵੀ ਕਿਸੇ ਅਹੁਦੇ 'ਤੇ ਸੀਗਾ, ਉਸ ਤੋਂ ਬਾਅਦ ਹੁਣ ਰਿਟਾਇਰ ਹੋ ਚੁੱਕਾ ਹੋਵੇਗਾ ਕਿਉਂਕਿ ਕਾਫੀ ਉਮਰ ਦਾ ਹੈ। ਤੋ ਇਸ ਨੂੰ ਜਿਹੜਾ ਇਸ ਨੂੰ ਵੀ ਇਸ ਰੈਫਰੈਂਸ ਲਾਇਬ੍ਰੇਰੀ ਦਾ ਡਾਇਰੈਕਟਰ ਬਣਾਇਆ ਗਿਆ ਸੀਗਾ। ਉਸ ਦਾ ਇਹਨੇ ਕੋਈ ਸਮਾਨ ਵੇਚਿਆ ਹੋਵੇ ਤਾਂ ਵੱਖਰੀ ਗੱਲ ਹੈ, ਪਰ ਮਨਜੀਤ ਸਿੰਘ ਜੀ ਕੇ ਨੂੰ ਮੂਰਖ ਬਣਾ ਕੇ ਉਸਨੇ ਆਪਣੀਆਂ ਤੋਪਾਂ ਦਿਲਗੀਰ ਵੱਲ ਕਰਾਈਆਂ ਅਤੇ ਨਤੀਜਾ ਇਹ ਨਿਕਲਿਆ ਕਿ ਇਹ ਆਪਣੇ ਆਪ ਹੀ ਜਿਹੜਾ ਉਹ ਐਕਸਪੋਜ਼ ਹੋ ਗਿਆ। ਇਹ ਉਦੋਂ ਲਾਈਟ 'ਚ ਆਇਆ ਸੀਗਾ, ਇਹਨੂੰ ਸ਼ਾਇਦ ਇਸ ਨੂੰ 3 ਜਨਵਰੀ ਨੂੰ ਇਸਨੂੰ ਲਾਇਆ ਗਿਆ ਹੈ, 3 ਜੂਨ 2008 ਨੂੰ ਜਿਹੜਾ ਇਸ ਨੂੰ ਹਿਸਟਰੀ ਸਰਚ ਬੋਰਡ ਦਾ ਰੈਫਰੈਂਸ ਲਾਇਬ੍ਰੇਰੀ ਦਾ ਡਾਇਰੈਕਟਰ ਬਣਾਇਆ ਗਿਆ, ਔਰ ਉਹਨਾਂ ਦਿਨਾਂ ਵਿੱਚ ਹੀ ਇੱਕ ਇਸ਼ੂ ਆ ਗਿਆ ਵੀ ਹਾਈ ਕੋਰਟ ਵਿੱਚ ਸਹਿਜਦਾਰੀ ਵਾਲਾ ਕੇਸ ਸੀਗਾ ਵੀ ਸਿੱਖ ਦੀ ਡੈਫੀਨੇਸ਼ਨ ਕੀ ਹੈ, ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਤਾ ਇਹ ਕੇਸ ਵਿੱਚ, ਤੁਸੀਂ ਦੱਸੋ ਸਿੱਖ ਦੀ ਡੈਫੀਨੇਸ਼ਨ ਕੀ ਹੈ, ਉਹ ਅਸੀਂ ਮੰਨ ਲਾਂਗੇ। 3 ਜੱਜਿਸ ਦਾ ਪੈਨਲ ਸੀ, ਸ਼੍ਰੋਮਣੀ ਕਮੇਟੀ ਨੇ ਵਿਦਵਾਨਾਂ ਦੀ ਇੱਕ ਮੀਟਿੰਗ ਸੱਦੀ, ਉਸ ਮੀਟਿੰਗ 'ਚ ਉਹਨਾਂ ਨੇ ਮਥਾ ਪਾਸ ਕੀਤਾ ਵੀ ਸਿੱਖ ਹੋਏ ਜਿਸ ਨੇ ਕੇਸ ਸਾਬਤ ਰੱਖੇ ਹੋਏ ਹਨ।
ਉਹਨਾਂ ਨੂੰ ਰਾਗ ਸਿੰਘ ਦੀ ਸ਼ਾਇਦ ਸੱਕੀ ਭੈਣ ਹੈ ਜਾਂ ਕੋਈ ਹੋਰ ਰਿਸ਼ਤੇਦਾਰ ਜਾਂ ਧੀ ਹੈ ਜਿਸ ਨੇ ਕਿ ਇੱਕ ਮੋਨੇ ਨਾਲ ਵਿਆਹ ਕੀਤਾ ਸੀ। ਹੁਣ ਇਹਨੂੰ ਬੜੀ ਤਕਲੀਫ ਹੋਈ ਵੀ ਜੇਕਰ ਤੇ ਮੋਨੇ ਸਿੱਖਾਂ 'ਚੋਂ ਕੱਢ ਦਿੱਤੇ ਗਏ ਤਾਂ ਇਹਨਾਂ ਦਾ ਜਿਹੜੇ ਰਾਈਟਸ ਨੇ ਖਤਮ ਹੋ ਜਾਣਗੇ। ਤਾਂ ਉਹਨੇ ਕੀ ਕੀਤਾ ਵੀ ਇਹ ਡੈਫੀਨੇਸ਼ਨ ਬਦਲ ਕੇ ਰੱਖਤਾ ਵੀ ਜਿਹਨੇ ਇੱਕ ਵਾਰੀ ਕੇਸ ਰੱਖਣ ਤੋਂ ਬਾਅਦ ਕੇਸ ਕੱਟੇ ਹਨ ਉਹ ਸਿੱਖ ਨਹੀਂ ਹੈ। ਅਤੇ ਇਹ ਜਿਹੜੀ ਉਹਨੇ ਅੰਗਰੇਜ਼ੀ ਟ੍ਰਾਂਸਲੇਸ਼ਨ ਕਰਕੇ ਅਤੇ ਹਾਈ ਕੋਰਟ ਨੂੰ ਭੇਜਤੀ। ਹਾਈ ਕੋਰਟ 'ਚ ਮੱਤੇ ਵਾਲੋ ਦੋ ਸ਼੍ਰੋਮਣੀ ਕਮੇਟੀ ਦਾ ਵਕੀਲ ਸੀਗਾ ਉਸਨੇ ਪੇਸ਼ ਕਰ ਦਿੱਤੀ। ਜਿਹਦਿਨ ਪੇਸ਼ ਹੋਈ ਤਾਂ ਬੜਾ ਰੌਲਾ ਪੈ ਗਿਆ। ਇਹ ਗੱਲ ਦਸੰਬਰ ਦੀ ਹੈ, ਇਹਨੂੰ ਆਏ ਨੂੰ ਅਜੇ 8 ਮਹੀਨੇ ਵੀ ਨਹੀਂ ਸੀ ਹੋਏ। ਔਰ ਜਦੋਂ ਇਹ ਰੌਲਾ ਪਿਆ ਅਤੇ ਸ਼੍ਰੋਮਣੀ ਕਮੇਟੀ ਨੇ ਉਸੇ ਵੇਲੇ ਫਿਰ ਇੱਕ ਹਾਈਕੋਰਟ ਨੂੰ ਕਹਿ ਦਿੱਤਾ ਕਿ ਵੀ ਅਸੀਂ ਇਹ ਵਾਪਸ ਲਵਾਂਗੇ, ਆਪਣੀ ਅਸਲੀ ਦਿਆਂਗੇ ਜਿਹੜੀ ਅਸੀਂ ਮਤਾ ਪਾਸ ਕੀਤਾ। ਸ਼੍ਰੋਮਣੀ ਕਮੇਟੀ ਨੇ ਉਹ ਜਿਹੜੀ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਜਿਹਦੇ 'ਚ ਰਘੁਜੀਤ ਸਿੰਘ ਵਿਰਕ ਸੀ, ਕੇਵਲ ਸਿੰਘ ਸੀ, ਰਜਿੰਦਰ ਸਿੰਘ ਮਹਿਤਾ ਸੀ। ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਦੱਸੋ ਵੀ ਇਹ ਝੂਠਾ ਜਿਹੜਾ ਐਫੀਡੇਵਿਟ ਹੈ, ਇਹ ਧੋਖਾ ਜਿਹੜਾ ਹੈ, ਸਿੱਖ ਪੰਥ ਦੇ ਨਾਲ ਕਿਸ ਨੇ ਕੀਤਾ। ਤਾਂ ਉਹਨਾਂ ਨੇ ਫੈਸਲਾ ਕੀਤਾ ਵੀ ਅਨੁਰਾਗ ਸਿੰਘ ਨੇ ਕੀਤਾ, ਅਤੇ ਅਨੁਰਾਗ ਸਿੰਘ ਨੂੰ ਜਿਹੜਾ ਕਿਰਪਾਲ ਸਿੰਘ ਬਡੂੰਗਰ ਉਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਸਨੇ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ। ਐਡਾ ਬੇਈਮਾਨ ਹੈ ਕਿ 2017 ਤੱਕ ਉਸ ਨੌਕਰੀ ਤੋਂ ਕੱਢੇ ਜਾਣ ਤੋਂ 8 ਸਾਲ ਬਾਅਦ ਤੱਕ ਵੀ ਆਪਣੇ ਆਪ ਨੂੰ ਡਾਇਰੈਕਟਰ ਹਿਸਟਰੀ ਰਿਸਰਚ ਬੋਰਡ ਅਤੇ ਰੈਫਰੈਂਸ ਲਾਇਬ੍ਰੇਰੀ ਕਹਿੰਦਾ ਰਿਹਾ। ਫਿਰ ਅਖੀਰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਵੀ ਇਸ ਬੰਦੇ ਦਾ ਸਿੱਖ ਹਿਸਟਰੀ ਰਿਸਰਚ ਬੋਰਡ ਨਾਲ ਕੋਈ ਸੰਬੰਧ ਨਹੀਂ ਹੈ। ਯਾਨੀ ਇਹ ਠੱਗੀ ਦਾ ਕੰਮ ਜਿਹੜਾ ਇਹ ਜਿਹੜਾ ਇਹ ਸ਼ੁਰੂ ਤੋਂ ਹੀ ਕਰਦਾ ਰਿਹਾ ਹੈ। ਤੋ 11 ਮਾਰਚ 2017 ਦੇ ਦਿਨ ਇਸ ਨੂੰ ਜਾਰੀ ਕੀਤਾ ਗਿਆ ਸੀ ਵੀ ਇਹਦਾ ਕੋਈ ਹਿਸਟਰੀ ਰਿਸਰਚ ਬੋਰਡ ਨਾਲ ਸੰਬੰਧ ਨਹੀਂ। ਜਨਵਰੀ 2000 ਦਾ ਕੱਢਿਆ, ਯਾਨੀ ਕਿ ਇਹ 8 ਸਾਲ ਆਪਣੇ ਆਪ ਨੂੰ ਝੂਠਾ ਡਾਇਰੈਕਟਰ ਕਹਿੰਦਾ ਰਿਹਾ। ਸੋ ਇਹ ਅਨੁਰਾਗ ਸਿੰਘ ਉਹ ਹੈ ਜਿਸ ਨੇ ਇੱਥੇ 8 ਮਹੀਨੇ 'ਚ ਕੱਖ ਨਹੀਂ ਕੀਤਾ, ਔਰ ਹੋ ਸਕਦਾ ਵੀ ਇਸ ਨੇ ਕੁਛ ਜਿਹੜਾ ਸਮੱਗਰੀ ਗਾਇਬ ਕੀਤੀ ਹੋਈ, ਕਿਉਂਕਿ ਮੇਰੇ ਹੁੰਦਿਆਂ ਤਾਂ ਕੋਈ ਸਮੱਗਰੀ ਆਈ ਨਹੀਂ, ਅਤੇ ਨਾ ਹੀ 8 ਮਹੀਨੇ 'ਚ ਕੁਛ ਤਰ੍ਹਾਂ ਦੀ ਗੱਲ ਹੈ, ਅਤੇ ਨਾ ਹੀ ਮਨਜੀਤ ਸਿੰਘ ਜੋ ਕੁਛ ਕਹਿ ਰਿਹਾ ਉਹ ਹੈ। ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਜੋ ਕੁਛ ਮਨਜੀਤ ਸਿੰਘ ਨੇ ਡਰਾਮਾ ਕੀਤਾ ਉਹਦੇ 'ਤੇ ਕਰੋੜਾਂ ਰੁਪਏ ਦੇ ਗਬਨ ਦੇ ਕੇਸ ਨੇ ਉਹਦੇ 'ਤੇ ਵੀ ਨੇ। ਔਰ ਜਿਹੜਾ ਪਰਮਜੀਤ ਸਿੰਘ ਇਹਦੇ ਨਾਲ ਜਿਹੜਾ ਧਰਮ ਉਹਦਾ ਸੀਗਾ ਧਰਮ ਪ੍ਰਚਾਰ ਕਮੇਟੀ ਦਾ ਰਾਣਾ ਬਣਾਇਆ ਉਹਦੇ 'ਤੇ ਵੀ ਕੇਸ ਨੇ। ਇਹਦੇ ਇੱਕ ਇਹਨਾਂ ਨੇ ਖੁਦ ਪਹਿਲਾਂ ਵੀ ਕੇਸ ਕੀਤਾ ਸੀਗਾ ਮੀਤ ਪ੍ਰਧਾਨ ਵੀ ਇਹਨੇ ਵੀਡੀਓਆਂ 'ਚ ਸਿੱਖ ਧਰਮ ਦੀ ਜਿਹੜੀ ਨਾ ਬੇਰੁਖੀ ਕੀਤੀ, ਉਹ ਜਿਹੜੇ 500 ਦਫ਼ਾ 499 ਦਾ ਇੱਕ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਦਿੱਲੀ ਕੋਰਟ 'ਚ ਅਦਾਲਤ ਪੁਲਿਸ ਨੂੰ ਕੇਸ ਵੀ ਦਿੱਤਾ, ਪਰ ਪੁਲਿਸ ਵਾਲਿਆਂ ਨੇ ਇਹਨਾਂ ਦੀ ਦਰਖਾਸਤ 'ਤੇ ਹੱਸ ਕੇ ਕਿਹਾ ਵੀ ਇਹੋ ਜਿਹੀਆਂ ਜਬਲੀਆਂ ਨਾ ਮਾਰਿਆ ਕਰੋ ਅਤੇ ਨਾ ਇੱਦਾਂ ਦੇ। ਇਹ ਮਨਜੀਤ ਸਿੰਘ ਬੇਵਕੂਫ ਜਿਹੜਾ ਹੈ ਉਹ ਉਦੋਂ ਦੀ ਹਰਕਤ ਨੂੰ ਦੂਜੀ ਵਾਰੀ ਫਿਰ ਕਰਨੀ ਚਾਹੁੰਦਾ ਹੈ, ਅਤੇ ਜਿਸ ਦੇ ਨਾਲ ਇਹ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋਏਗਾ। ਇਹ ਸੀ ਇਹਦੀ ਹਕੀਕਤ ਜੋ ਮੈਂ ਤੁਹਾਨੂੰ ਦੱਸਣੀ ਚਾਹੀਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।